ਮੈਂ ਪ੍ਰਿੰਸੀਪਲ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਭਲਾਈਪੁਰ ਡੋਗਰਾ। ਮੇਰਾ ਨਾਮ ਮਿਸਿਜ਼ ਜਗਪ੍ਰੀਤ ਕੌਰ ਹੈ। ਜੀ, ਇਸ ਮਿਸ ਟੀਚਰਸ ਡੇ 'ਤੇ ਇਹ ਗੱਲ ਕਹਿਣਾ ਚਾਹਾਂਗੀ ਕਿ ਟੀਚਰ ਇਜ਼ ਅ ਗ੍ਰੇਟ ਨੇਸ਼ਨ ਬਿਲਡਰ। ਸੋ ਇੱਕ ਅਧਿਆਪਕ ਹੋਣਾ ਜਿੱਥੇ ਵੱਡੀ ਗੱਲ ਹੈ, ਉੱਥੇ ਸਮਾਜ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਅਤੇ ਉਹਨਾਂ ਵਿਦਿਆਰਥੀਆਂ ਦੇ ਅੰਦਰੋਂ ਕਲਾ ਨੂੰ ਕੱਢਣਾ ਸਭ ਤੋਂ ਵੱਡੀ ਗੱਲ ਹੈ। ਮੈਂ ਇਸ ਸਾਰੀ ਚੀਜ਼ ਦਾ ਕ੍ਰੈਡਿਟ ਆਪਣੇ ਸਕੂਲ ਦੀ ਮੈਨੇਜਮੈਂਟ ਡਾਇਰੈਕਟਰ ਮਿਸਟਰ ਜਤਿੰਦਰਪਾਲ ਸਿੰਘ ਜੀ ਰੰਧਾਵਾ, ਚੇਅਰਮੈਨ ਆਫ ਦੀ ਸਕੂਲ ਮਿਸਟਰ ਜਸਪਾਲ ਸਿੰਘ ਜੀ ਰੰਧਾਵਾ, ਪ੍ਰੈਜ਼ੀਡੈਂਟ ਆਫ ਦੀ ਸਕੂਲ ਮੈਮ ਬਲਜੀਤ ਰੰਧਾਵਾ ਜੀ ਹੋਰਾਂ ਨੂੰ ਦਿੰਦੀ ਹਾਂ, ਜਿਨ੍ਹਾਂ ਦੀ ਗਾਈਡੈਂਸ ਹੇਠ ਮੈਂ ਇਹ ਸਾਰੀ ਕੰਮ ਸਿੱਖ ਕੇ ਐਜ਼ ਏ ਪ੍ਰਿੰਸੀਪਲ ਵਜੋਂ ਅੱਜ ਇਹ ਅਵਾਰਡ ਹਾਸਿਲ ਕਰ ਰਹੀ ਹਾਂ। ਆਈ ਐਮ ਫੀਲ ਵੈਰੀ ਹੈਪੀ। ਮੈਡਮ, ਕਿਤੇ ਨਾ ਕਿਤੇ ਆਪਾਂ ਦੇਖੀਏ ਜਿਹੜਾ ਵਿਦਿਆਰਥੀ ਦਾ ਅਤੇ ਟੀਚਰ ਦਾ ਜਿਹੜਾ ਰਿਲੇਸ਼ਨ ਸੀਗਾ ਉਹ ਗਿਰਦਾ ਨਜ਼ਰ ਆ ਰਿਹਾ, ਉਹਦਾ ਕਾਰਨ ਕੀ ਤੁਸੀਂ ਮੰਨਦੇ ਹੋ? ਜੇਕਰ ਸੋਚਿਆ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਤਾਂ ਐਟਮੋਸਫੇਅਰ ਬਹੁਤ ਅੱਛਾ ਕ੍ਰੀਏਟ ਕਰਨ ਦੀ ਲੋੜ ਆ। ਜੇਕਰ ਇੱਕ ਵੈਲ ਡਿਸਿਪਲਿਨ ਅਧਿਆਪਕ ਹੋਏਗਾ, ਮੇ ਬੀ ਉਹ ਆਪਣੇ ਸੰਸਕਾਰਾਂ ਨੂੰ ਵਿਦਿਆਰਥੀਆਂ ਦੇ ਅੰਦਰ ਢਾਲਣ ਦੀ ਕੋਸ਼ਿਸ਼ ਕਰੇਗਾ, ਤਾਂ ਵਿਦਿਆਰਥੀਆਂ ਦੇ ਸੰਬੰਧ ਬਹੁਤ ਹੱਦ ਤੱਕ ਠੀਕ ਹੋ ਸਕਦੇ ਨੇ। ਜਿੱਥੇ ਆਪਾਂ ਆਪਣੇ ਆਪ ਨੂੰ ਆਪਣੀ ਡੈਡੀਕੇਸ਼ਨ ਆਪਣੀ ਹਾਰਡ ਵਰਕ ਨਹੀਂ ਦਿਖਾਉਂਦੇ, ਉੱਥੇ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਸੈਕਿੰਡ ਵਨ, ਮੈਂ ਇਹ ਚੀਜ਼ ਕਹੂੰਗੀ ਕਿ ਜਿਹੜਾ ਸੋਸ਼ਲ ਮੀਡੀਆ ਆ ਉਹਦਾ ਵੀ ਕਿਤੇ ਨਾ ਕਿਤੇ ਇਫੈਕਟ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਆ। ਅੱਜ ਬੱਚੇ ਕਿਤਾਬਾਂ ਨਾਲੋਂ ਟੁੱਟ ਰਹੇ ਆ। ਜਦੋਂ ਅਸੀਂ ਸਟੂਡੈਂਟ ਸੀ, ਸਾਡਾ ਸਿਰਫ ਅਤੇ ਸਿਰਫ ਜਿਹੜਾ ਪਿਆਰ ਸੀਗਾ ਉਹ ਕਿਤਾਬਾਂ ਦੇ ਨਾਲ ਹੁੰਦਾ ਸੀ। ਜਿੱਥੇ ਸੋਸ਼ਲ ਮੀਡੀਆ ਦੇ ਨਾਲ ਸਾਡੀ ਟੈਕਨੋਲੋਜੀ ਕਾਫੀ ਵਧੀ, ਅਸੀਂ ਬਹੁਤ ਕੁਝ ਨਵਾਂ ਵੀ ਸਿੱਖਿਆ, ਪਰ ਇਹਦੀ ਵਰਤੋਂ ਪੋਜ਼ਿਟਿਵ ਵੇ ਨਾਲ ਹੋਵੇ ਤਾਂ ਬਹੁਤ ਜ਼ਿਆਦਾ ਜਿਹੜਾ ਆ ਉਹ ਸਟੂਡੈਂਟ ਅੱਛਾ ਸਟੂਡੈਂਟ ਬਣ ਸਕਦਾ ਆ। ਪਰ ਕਿਤੇ ਨਾ ਕਿਤੇ ਇਹਦੀ ਜਿਹੜੀ ਦੁਰਵਰਤੋਂ ਆ ਉਹ ਸਾਨੂੰ ਨਿਗਾਰ ਵੱਲ ਵੀ ਲੈ ਕੇ ਜਾ ਰਹੀ ਆ।